ਸੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਹ ਵੀਡੀਓ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਰਿਗਾਰਡਿੰਗ ਰਹਿਣ ਪਈ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਕੀ ਡਿਸਕਸ ਕਰਨਾ ਹੈ ਕਿਹੜੀ ਕਿਹੜੀ ਇਨਫੋਰਮੇਸ਼ਨ ਇਸ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਐਡਮਿਸ਼ਨ ਪ੍ਰੋਸੈਸ ਦੇ ਬਾਰੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਐਡਮਿਸ਼ਨ ਪ੍ਰੋਸੈਸ ਕੀ ਰਹਿਣ ਵਾਲਾ ਹੈ ਵੇਰੀਅਸ ਕੋਰਸ ਦਾ ਇਨਟਰੈਂਸ ਐਗਜ਼ਾਮ ਕੰਡਕਟ ਕਰਦੀ ਹੈ ਯੂਨੀਵਰਸਿਟੀ ਉਸ ਦੇ ਰਿਗਾਰਡਿੰਗ ਰਹਿਣ ਵਾਲਾ ਹੈ ਐਪਲੀਕੇਸ਼ਨ ਫਾਰਮ ਫੀਸ ਕਿੰਨੀ ਹੋ ਸਕਦੀ ਹੈ ਕਿੰਨੀ ਹੋ ਸਕਦੀ ਹੈ ਸਾਰੀ ਡਿਟੇਲ ਇਸ ਦੇ ਵਿੱਚ ਡਿਸਕਸ ਕਰਾਂਗੇ ਇਸ ਦੇ ਨਾਲ ਨਾਲ ਬਹੁਤ ਮੋਸਟ ਇੰਪੋਰਟੈਂਟ ਜਿਹੜੀ ਇਨਫੋਰਮੇਸ਼ਨ ਆ ਉਹ ਹੈ ਹਾਊ ਟੂ ਅਟੈਂਪਟ ਇਨਟਰੈਂਸ ਐਗਜ਼ਾਮ ਤਾਂ ਇਨਟਰੈਂਸ ਐਗਜ਼ਾਮ ਜਿਹੜਾ ਕੰਡਕਟ ਕਰਦੀ ਹੈ ਯੂਨੀਵਰਸਿਟੀ ਉਸ ਦੇ ਰਿਗਾਰਡਿੰਗ ਆਪਾਂ ਅਟੈਂਪਟ ਕਿਵੇਂ ਕਰ ਸਕਦੇ ਹਾਂ ਸਾਰੀ ਡਿਟੇਲ ਇਸ ਦੇ ਵਿੱਚ ਡਿਸਕਸ ਕਰਾਂਗੇ ਅਸੀਂ ਦੋ ਵੀਡੀਓ ਜਿਹੜੀਆਂ ਸਪਰੇਟ ਬਣਾ ਚੁੱਕੇ ਹਾਂ ਫੀਸ ਸਟ੍ਰਕਚਰ ਨੂੰ ਲੈ ਕੇ ਵੀ ਸਟਰਕਚਰ ਕੀ ਰਹਿਣ ਵਾਲੀ ਹੈ ਵੀਰਿਸ ਕੋਰਸ ਦੀ ਐਂਡ एलिजिਬਿਲਟੀ एलिजिਬਿਲਟੀ ਕ੍ਰਾਈਟਰੀਆ ਵਿਦ ਵੇਰੀਅਸ ਕੋਰਸ ਜਿਹੜੇ ਕਿ ਵੀਰੀਅਸ ਕੋਰਸ ਤੁਹਾਨੂੰ ਇਸ ਯੂਨੀਵਰਸਿਟੀ ਦੇ ਵਿੱਚ ਮਿਲਣਗੇ ਚਾਹੇ ਉਹ ਬੀਐਸਸੀ ਦੇ ਹੋਣ ਬੀਟੈਕ ਦੇ ਤਾਂ ਸਾਰੇ ਸਪਰੇਡ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਤੁਸੀਂ ਵੀਡੀਓ ਜਰੂਰ ਦੇਖੋ ਲਿੰਕ ਜਿਹੜਾ ਹੋਵੇਗਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲੇਗਾ ਚੈੱਕ ਕਰ ਸਕਦੇ ਹੋ ਲਓ ਜੀ ਵੀਡੀਓ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਾਊ ਟੂ ਗੈਟ ਐਡਮਿਸ਼ਨ ਆਪਾਂ ਐਡਮਿਸ਼ਨ ਕਿਵੇਂ ਲੈ ਸਕਦੇ ਹਾਂ ਉਸਦੇ ਦੋ ਜਿਹੜੇ ਕਿ ਮੋਡ ਨੇ ਆਨਲਾਈਨ ਐਂਡ ਆਫਲਾਈਨ ਤਾਂ ਆਨਲਾਈਨ ਤੁਹਾਨੂੰ ਫਾਰਮ ਫਿਲ ਕਰਨਾ ਪੈਣਾ ਹੈ ਜਾਂ ਫਿਰ ਤੁਸੀਂ ਆਫਲਾਈਨ ਫਾਰਮ ਫਿਲ ਕਰ ਸਕਦੇ ਹੋ ਦੋਨਾਂ ਦਾ ਪ੍ਰੋਸੀਜਰ ਤੁਹਾਨੂੰ ਦੱਸਿਆ ਜਾਵੇਗਾ ਇਸ ਵੀਡੀਓ ਦੇ ਵਿੱਚ ਆਪਾਂ ਫਾਰਮ ਕਿਵੇਂ ਫਿਲ ਕਰ ਸਕਦੇ ਹਾਂ ਜਿਹੜਾ ਆਫਲਾਈਨ ਫਾਰਮ ਆ ਬੀਸਿਕਲੀ ਇਹ ਪ੍ਰੋਸਪੈਕਟ ਦੇ ਨਾਲ ਅਟੈਚ ਹੋਵੇਗਾ ਤੁਸੀਂ ਪ੍ਰੋਸਪੈਕਟ ਲੈ ਸਕਦੇ ਹੋ ਫਿਰ ਅਪਲੀਕੇਸ਼ਨ ਫਾਰਮ ਜਿਹੜਾ ਫਿਲ ਕਰ ਸਕਦੇ ਹੋ ਜਿਹੜਾ ਆਨਲਾਈਨ ਆ ਤੁਹਾਨੂੰ ਆਨਲਾਈਨ ਜਿਹੜਾ ਆਫੀਸ਼ੀਅਲ ਵੈਬਸਾਈਟ ਤੇ ਮਿਲੇਗਾ ਪੀਯੂ ਦੀ ਅਫੀਸ਼ੀਅਲ ਵੈਬਸਾਈਟ ਹੈ ਉਸ ਤੇ ਚੈੱਕ ਕਰ ਸਕਦੇ ਹੋ ਜਦੋਂ ਵੀ ਐਪਲੀਕੇਸ਼ਨ ਫਾਰਮ ਓਪਨ ਹੋਏ ਅਸੀਂ ਤੁਹਾਡੇ ਨਾਲ ਵੀਡੀਓ ਦੇ ਨਾਲ ਡਿਸਕਸ ਜ਼ਰੂਰ ਕਰਾਂਗੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਐਪਲੀਕੇਸ਼ਨ ਫਾਰਮ ਦੇ ਬਾਰੇ ਐਪਲੀਕੇਸ਼ਨ ਫਾਰਮ ਦੇ ਵਿੱਚ ਸਾਰੀ ਡਿਟੇਲ ਕੀ ਰਹਿਣ ਵਾਲੀ ਹੈ ਉਹ ਵਨ ਬਾਈ ਵਨ ਕਰਕੇ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਗੱਲ ਕਰੀਏ ਆਪਾਂ ਐਡਮਿਸ਼ਨ ਦੀ ਪੀਯੂ ਐਡਮਿਸ਼ਨ ਦੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪਾਸਪੋਰਟ ਸਾਈਜ਼ ਜਿਹੜੀ ਫੋਟੋਗ੍ਰਾਫ ਚਾਹੀਦੀ ਨਹੀਂ ਸਾਈਜ਼ ਤੁਸੀਂ ਦੇਖ ਲਿਓ 50kb ਤੋਂ ਉੱਪਰ ਨਹੀਂ ਚਾਹੀਦੀ ਆਨਲਾਈਨ ਐਡਮਿਸ਼ਨ ਦੇ ਲਈ ਇਹਦੇ ਵਿੱਚ ਤੁਸੀਂ ਪਹਿਲਾਂ ਹੀ ਦੇਖ ਸਕਦੇ ਹੋ ਆਨਲਾਈਨ ਐਡਮਿਸ਼ਨ ਦੇ ਲਈ ਹੀ ਗੱਲ ਕਰ ਰਹੇ ਹਾਂ ਇਹਦੇ ਵਿੱਚ ਉਸ ਤੋਂ ਬਾਅਦ ਸਕੈਨ ਕਾਪੀ ਆਫ ਦਾ ਸਿਗਨੇਚਰ ਬਲੈਕ ਪੈਨ ਜਾਂ ਬਲੂ ਪੈਨ ਦੇ ਨਾਲ ਹੋਣੀ ਚਾਹੀਦੀ ਹੈ ਸਾਈਜ਼ ਜਿਹੜਾ 50kb ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਇਹ ਤੋਂ ਇਹ ਅਪਲੋਡ ਕਰਨ ਤੋਂ ਬਾਅਦ ਤੁਹਾਨੂੰ ਸਬਮਿਟ ਕਰ ਦੇਣਾ ਹੈ ਸਬਮਿਟ ਤੇ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇਨਫੋਰਮੇਸ਼ਨ ਮਿਲੇਗੀ ਯੂਆਈ ਆਈਡੀ ਮਿਲੇਗੀ ਪਾਸਵਰਡ ਐਂਡ ਉਹਦਾ ਯੂਜ਼ਰ ਆਈਡੀ ਮਿਲ ਜਾਣੀ ਹੈ ਉਸ ਤੋਂ ਬਾਅਦ ਮੋਸਟ ਇੰਪੋਰਟੈਂਟ ਹੀ ਡਾਰਕਿਸ ਕਰਕੇ ਹੈ ਕਿਉਂਕਿ ਬੱਚਿਆਂ ਨੂੰ ਇਹ ਚੀਜ਼ਾਂ ਦੇ ਬਾਰੇ ਪਤਾ ਲੱਗੇ ਕੈਂਡੀਡੇਟ ਮਸਟ ਇਨਸ਼ੋਰ ਦੈਟ ਦਾ ਈਮੇਲ ਐਡਰੈਸ ਐਂਡ ਮੋਬਾਈਲ ਨੰਬਰ ਪ੍ਰੋਵਾਈਡ ਇਨ ਆਨਲਾਈਨ ਐਪਲੀਕੇਸ਼ਨ ਫਾਰਮ ਦੇ ਬਾਰੇ ਜਿਹੜੀ ਰਹਿਣ ਵਾਲੀਆਂ ਇੰਪੋਰਟੈਂਟ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਜਦੋਂ ਵੀ ਤੁਹਾਡੇ ਨਾਲ ਯੂਨੀਵਰਸਿਟੀ ਕਰ ਸਕਦੀ ਹੈ ਉਹ ਤੁਹਾਡੇ ਮੋਬਾਈਲ ਨੰਬਰ ਜਾਂ ਜੀਮੇਲ ਦੇ ਥਰੂ ਕਰ ਸਕਦੀ ਹੈ ਤਾਂ ਹਮੇਸ਼ਾ ਫਾਰਮ ਫਿਲ ਕਰਦੇ ਸਮੇਂ ਜਾਂ ਆਫਲਾਈਨ ਜਾਂ ਆਨਲਾਈਨ ਤੁਹਾਡੀ ਮੋਬਾਈਲ ਨੰਬਰ ਤੇ ਈਮੇਲ ਜਿਹੜੀ ਜਲਦੀ ਹੋਵੇ ਬਿਲਕੁਲ ਤੁਹਾਡੇ ਕੋਲ ਹੋਵੇ ਉਹੀ ਤੁਸੀਂ ਦੇਣੀ ਹੈ ਇਸ ਤੋਂ ਬਾਅਦ ਦਾ ਕੈਂਡੀਡੇਟ ਹੈਜ਼ ਟੂ ਲੌਗ ਇਨ ਯੂজিং ਹਿਸ ਈਮੇਲ ਆਈਡੀ ਐਂਡ ਡੇਟ ਆਫ ਬਰਥ ਤੁਸੀਂ ਲੌਗ ਇਨ ਕਰ ਲੈਣਾ ਹੈ ਆਪਣੀ ਲੌਗ ਇਨ ਆਈਡੀ ਤੁਹਾਨੂੰ ਮਿਲੇਗੀ ਲੌਗ ਇਨ ਆਈਡੀ ਕਿਹੜੀ ਹੋਣ ਵਾਲੀ ਹੈ ਜੀਮੇਲ ਐਂਡ ਡੇਟ ਆਫ ਬਰਥ ਫਿਲ ਕਰਕੇ ਤੁਸੀਂ ਆਪਣਾ ਲੌਗ ਇਨ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਡਾਊਨਲੋਡ ਪ੍ਰਿੰਟ ਐਪਲੀਕੇਸ਼ਨ ਫਾਰਮ ਐਂਡ ਪੇ ਫੀਸ ਜਦੋਂ ਤੁਹਾਡਾ ਇਹ ਇਥੋਂ ਤੱਕ ਪ੍ਰੋਸੈਸ ਕੰਪਲੀਟ ਹੋ ਗਿਆ ਤੁਸੀਂ ਪੇ ਕਰ ਦੇਣੀ ਹੈ ਫੀਸ ਜਿੰਨੀ ਕਿ ਬੀਸਿਕਲੀ ਤੁਹਾਡੀ ਇਨਫੋਰਮੇਸ਼ਨ ਫਿਲ ਹੋਣੀ ਹੈ ਐਜੂਕੇਸ਼ਨ ਉਸ ਦੇ ਨਾਲ ਨਾਲ ਤੁਹਾਡੀ ਐਜੂਕੇਸ਼ਨ ਦੇ ਨਾਲ ਨਾਲ ਤੁਹਾਡੀ ਪਰਸਨਲ ਡਿਟੇਲ ਇਸ ਦੇ ਵਿੱਚ ਫਿਲ ਹੋਣੀ ਹੈ ਧਿਆਨ ਦੇ ਨਾਲ ਸਾਰਾ ਫਾਰਮ ਜਿਹੜਾ ਤੁਸੀਂ ਫਿਲ ਕਰਿਓ ਅਸੀਂ ਸਪ੍ਰੈਡ ਵੀਡੀਓ ਤੇ ਨਾਲ ਡਿਸਕਸ ਕਰਾਂਗੇ ਜਦੋਂ ਵੀ ਐਪਲੀਕੇਸ਼ਨ ਫਾਰਮ ਆਏ ਸਪ੍ਰੈਡ ਵੀਡੀਓ ਤੇ ਟੈਨਾ ਲੈ ਕੇ ਆਵਾਂਗੇ ਉਹਦੇ ਵਿੱਚ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਹਾਊ ਟੂ ਫਿਲ ਹਾਊ ਟੂ ਫਿਲ ਯੂਨੀਵਰਸਿਟੀ ਫਾਰਮ ਇਦੇ ਵਿੱਚ ਡਿਟੇਲ ਡਿਸਕਸ ਕਰਾਂਗੇ ਕਮਰਾਉਣ ਦੀ ਗੱਲ ਨਹੀਂ ਹੈ ਜਦੋਂ ਵੀ ਐਪਲੀਕੇਸ਼ਨ ਫਾਰਮ ਅਪਲੋਡ ਹੋਏ ਉਹਦੇ ਉੱਤਰ ਜਰੂਰ ਡਿਸਕਸ ਕਰਾਂਗੇ ਵੀਡੀਓ ਦੇ ਥਰੂ ਤਾਂ ਜੋ ਆਉਣ ਵਾਲੇ ਬੱਚਿਆਂ ਨੂੰ ਐਡਮਿਸ਼ਨ ਦੇ ਰਿਕਾਰਡਿੰਗ ਕੋਈ ਦਿੱਕਤ ਨਾ ਆਵੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਫਾਰਮ ਫੀਸ ਦੀ ਤਾਂ ਫਾਰਮ ਫੀਸ ਦੋ ਟਾਈਪ ਦੀ ਰਹਿਣ ਵਾਲਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫਾਰਮ ਫੀਸ ਦੀ ਆਫਲਾਈਨ ਦੀ ਤਾਂ ਆਫਲਾਈਨ ਦੀ ਉੱਪਰ ਪ੍ਰੋਸਪੈਕਟਸ ਜੇ ਲੈ ਜਾ ਸਕਦੇ ਐਟ ਦਾ ਕਾਊਂਟਰ ਕਾਊਂਟਰ ਤੋਂ ਲਿਆ ਸਕਦੇ ਆ ਕਾਊਂਟਰ ਤੋਂ ਅਕਸੈਪਟ ਕਰ ਸਕਦੇ ਆ ਲੈ ਸਕਦੇ ਆ ਰਿਸਿਵ ਕਰ ਸਕਦੇ ਆ ਉਹਦੀ ਜਿਹੜੀ ਫੀਸ ਰਹਿਣ ਵਾਲੀ 21 ਜੇਕਰ ਤੁਸੀਂ ਬਾਈ ਪੋਸਟ ਮੰਗਾਉਣਾ ਚਾਹੁੰਦੇ ਹੋ ਤਾਂ ਉਹਦੀ ਜਿਹੜੀ ਫੀਸ ਹੋਵੇਗੀ 22260 ਰੁਪਏ 2260 ਰੁਪਏ ਨਹਿਰਮਲੀ ਹੈ ਇਸ ਵਾਰ ਇੰਟਰਸਟ ਟੈਸਟ ਦੀ ਫੀਸ ਕਿੰਨੀ ਰਹੇਗੀ ਦੇਖ ਸਕਦੇ ਹੋ ਤੁਸੀਂ ਔਰ ਈਚ ਇੰਟਰਸਟ ਟੈਸਟ ਮਤਲਬ ਇੱਕ ਦੇ ਲਈ ਇੱਕ ਦੇ ਲਈ ਕਿੰਨੀ ਰਹਿਣ ਵਾਲੀ ਹੈ 4200 ਰੁਪਏ ਫੀਸ ਰਹੇਗੀ ਜੇਕਰ ਤੁਸੀਂ ਬੋਥ ਪੇਪਰ ਦਿੰਨੇ ਸੀਈਟੀ ਐਂਡ ਵੀਐਸਈਟੀ ਤਾਂ ਤੁਹਾਡੀ 363600 ਰੁਪਏ ਫੀਸ ਹੋਣ ਵਾਲੀ ਹੈ ਉਸ ਦੇ ਨਾਲ ਨਾਲ for the additional option in MET agri and MPT uh, communication uh, community science ਦੇ ਵਿੱਚ ਆ ਤਾਂ ਉਹਦੀ ਅਲੱਗ ਤੋਂ ਤੁਹਾਨੂੰ ਫੀਸ ਪੇ ਕਰਨੀ ਪੈਣੀ ਹੈ 610 ਰੁਪਏ ਇਹ ਇੰਡੀਅਨ ਸਟੂਡੈਂਟਾਂ ਦੇ ਲਈ ਸੀ ਜਿਹੜੀ ਹੁਣ ਇਹ ਫੀਸ ਹੋਣ ਵਾਲੀ ਹੈ ਇਹ ਫੀਸ ਤੁਹਾਨੂੰ ਦੱਦਣੀ ਹੈ ਇਹ ਐਨਆਈ ਸਟੂਡੈਂਟ ਦੇ ਲਈ ਕਾਊਂਟਰ ਤੋਂ ਜੇਕਰ ਫਾਰਮ ਲੈਣਗੇ ਜਿਹੜੀ ਕਾਊਂਟਰ ਤੋਂ ਫੀਸ ਲੈਣਗੇ ਇਹ 2560 ਰੁਪਏ ਪੇ ਕਰਨੇ ਪੈਣਗੇ ਭਾਈ ਪੋਸਟ ਮੰਗਾਉਣਾ ਚਾਹੁੰਦੇ ਆ ਤਾਂ 2700 ਰੁਪਏ ਮਤਲਬ ਕਿ 2700 ਰੁਪਏ ਫੀਸ ਰਹਿਣ ਵਾਲੀ ਹੈ ਇਸ ਦੇ ਨਾਲ ਨਾਲ ਜੇਕਰ ਤੁਸੀਂ ਫਾਰਮ ਫੀਸ ਪੇ ਕਰਦੇ ਹੋ ਚਾਹੇ ਤੁਸੀਂ ਐਡਮਿਸ਼ਨ ਲੈਣੀ ਹੈ ਚਾਹੇ ਨਹੀਂ ਤੁਸੀਂ ਫਾਰਮ ਨੂੰ ਫਿਲ ਕਰ ਦਿੱਤਾ ਤੁਹਾਨੂੰ ਫੀਸ ਰੀਫੰਡ ਨਹੀਂ ਹੋਣੀ ਇਹਦੇ ਵਿੱਚ ਮੈਂਸ਼ਨ ਹੈ ਤੁਸੀਂ ਦੇਖ ਸਕਦੇ ਹੋ ਨੋਨ ਰੀਫੰਡੇਬਲ ਅਮਾਉਂਟ ਤੁਹਾਨੂੰ ਰੀਫੰਡ ਨਹੀਂ ਕੀਤੀ ਜਾਵੇਗੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਨਲਾਈਨ ਦੀ ਤਾਂ ਆਨਲਾਈਨ ਫੀਸ ਤੁਹਾਡੀ ਕਿੰਨੀ ਰਹਿਣ ਵਾਲੀ ਹੈ ਇਹ ਵੀ ਨੋਨ ਰੀਫੰਡੇਬਲ ਜਿਹਦੀ ਫੀਸ ਹੁਣ ਬੜੀ ਹੈ ਡਾਊਨਲੋਡ ਪ੍ਰੋਸਪੈਕਟ ਚਾਰਜ ਪਲੱਸ ਇੰਟਰੈਂਸ ਟੈਸਟ ਫੀਸ ਫਾਰ ਈਚ ਟੈਸਟ ਦੀ ਇਹਦੀ 5640 ਰੁਪਏ 540 ਰੁਪਏ ਫੀਸ ਰੈਨ ਬਲੀ ਹੈ ਤੁਸੀਂ ਅਪਰੋਸਪੈਕਟ ਡਾਊਨਲੋਡ ਕਰ ਲੈਣਾ ਉਸ ਤੋਂ ਬਾਅਦ ਫਾਰਮ ਫਿਲ ਕਰ ਦੇਣਾ ਹੈ ਤੇ ਉਹਦੀ ਇੰਟਰਨਸ ਟੈਸਟ ਵਿਦ ਐਪਲੀਕੇਸ਼ਨ ਪਲਸ ਇੰਟਰਨਸ ਟੈਸਟ ਦੀ ਫੀਸ ਕਿੰਨੀ ਰਹੇਗੀ 5640 ਰੁਪਏ ਫਾਦਾ ਕੈਂਡੀਡੇਟ ਹੂ ਅਪਲਾਈ ਫਾਰ ਬੋਥ CET ਐਂਡ BSET ਤਾਂ ਉਹ 77000 7740 7740 ਰੁਪਏ ਫੀਸ ਰੈਨ ਪੜੀ ਐਡੀਸ਼ਨ ਪੇਪਰ ਦੇਣਾ ਚਾਹੁੰਦਾ ਹੈ ਤਾਂ ਐਡੀਸ਼ਨ ਪੇਪਰ ਦੀ 610 ਰੁਪਏ ਅਲੱਗ ਤੋਂ ਫੀਸ ਰੈਨਬਲੀ ਇੱਥੇ ਵਿੱਚ ਇਸ ਤੋਂ ਬਾਅਦ ਗੱਲ ਕਰੀਏ ਆਪਾਂ ਬੈਂਕ ਚਲਾਨ ਦੇ ਫਾਰਮ ਦੀ ਤਾਂ ਬੈਂਕ ਚਲਾਨ ਦੇ ਦੇਖ ਲਿਓ ਜੇਕਰ ਤੁਸੀਂ ਬੈਂਕ ਚਲਾਨ ਦੇਣ ਆਏ ਹੋ ਦੇ ਵਿੱਚ ਕਾਫੀ ਰੰਗ ਦੇ ਤੁਹਾਨੂੰ ਬੈਂਕ ਚਲਾਨ ਮਿਲਣਗੇ ਜੇਕਰ ਆਫਲਾਈਨ ਫੀਸ ਪੇ ਕਰ ਰਹੇ ਹੋ ਇਹ ਏ ਏ ਟੀ ਐਗਰੀਕਲਚਰ ਐਪਟੀਟਿਊਡ ਟੈਸਟ ਜਿਹੜਾ ਰੈਨਬਲ ਪਿੰਕ ਕਲਰ ਦੇ ਵਿੱਚ ਹੋਣਾਗਾ ਜੇਕਰ ਗ੍ਰੀਨ ਦੇ ਵਿੱਚ ਹੋਗਾ ਸੀ ਟੀ ਹੋਵੇਗਾ ਪੀ ਐਸ ਯੂ ਸੀ ਏ ਟੀ ਬਲੂ ਦੇ ਵਿੱਚ ਜਿਹੜੀ ਸਲਿੱਪ ਰਹੇਗੀ ਚਲਾਨ ਰਹੇਗਾ ਬੀ ਐਸ ਈ ਟੀ ਰੈਨਬਲ ਹੈ ਜੈਲ ਆਲ ਅਦਰ ਐਂਟਰੈਂਸ ਟੈਸਟ ਜਿਹੜਾ ਵਾਈਟ ਰੈਨ ਵਾਲਾ ਹੈ ਵਿਦਆਊਟ ਐਂਟਰੈਂਸ ਟੈਸਟ ਐਂਡ ਆਲਸੋ ਰਿਕਵਰ ਟੂ ਫਿਲ ਵਾਈ ਦਾ ਕੈਂਡੀਡੇਟ ਕਾਲ ਕਾਲਡ ਫਾਰ ਕਾਉਂਸਲਿੰਗ ਆਫਟਰ ਦਾ ਕਲੀਅਰ ਐਂਟਰੈਂਸ ਟੈਸਟ ਜੇਕਰ ਤੁਸੀਂ ਐਂਟਰੈਂਸ ਟੈਸਟ ਕਲੀਅਰ ਕਰ ਚੁੱਕੇ ਹੋ ਉਸ ਤੋਂ ਬਾਅਦ ਤੁਹਾਨੂੰ ਕਾਉਂਸਲਿੰਗ ਜਾਂ ਇੰਟਰਵਿਊ ਦੇ ਲਈ ਕਾਲ ਹੋਵੇਗੀ ਤਾਂ ਇਹ ਤੁਹਾਨੂੰ ਵਾਈਟ ਫਾਰਮ ਫਿਲ ਕਰਨਾ ਪੈਣਾ ਹੈ ਇਸ ਤੋਂ ਨੈਕਸਟ ਦੇ ਵਿੱਚ ਤੁਹਾਨੂੰ ਪ੍ਰੋਪਰ ਡਿਟੇਲ ਦੇ ਨਾਲ ਦੱਸਾਂਗੇ ਇਹ ਸਾਰੀ ਡਿਟੇਲ ਦੇਖ ਸਕਦੇ ਹੋ ਕਿ ਕਿਹ ਕਿਹੜੇ ਕਲਰ ਕੋਡ ਹੈ ਉਸ ਦੇ ਨਾਲ ਪ੍ਰੋਗਰਾਮ ਵੀ ਇਹਦੇ ਵਿੱਚ ਮੈਂਸ਼ਨ ਆ ਜਿਵੇਂ ਪਿੰਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਿਹੜੇ ਕਿਹੜੇ ਕੋਰਸ ਆਉਂਦੇ ਆ اے 80 ਦੇ ਵਿੱਚ ਐਗਰੀਕਲਚਰ ਐਗਰੀਕਲਚਰ ਐਪਟੀਟਿਊਡ ਟੈਸਟ ਦੇ ਵਿੱਚ ਤਾਂ ਬੀ ਐਸ ਸੀ 6 ਸਾਲਾਂ ਦੀ ਜਿਹੜੀ ਹੁੰਦੀ ਹੈ ਆਫਟਰ 10th ਤੋਂ ਬਾਅਦ ਜਿਹੜੀ ਹੁੰਦੀ ਹੈ ਉਹਦੇ ਬਾਰੇ ਦੇਖ ਸਕਦੇ ਹੋ 10th ਪਾਸ ਤੋਂ ਬਾਅਦ ਉਸ ਤੋਂ ਬਾਅਦ ਗ੍ਰੀਨ ਕਲਰ ਦੇ ਵਿੱਚ ਸੀ ਐਟ ਆਉਂਦੀ ਹੈ ਤਾਂ ਉਹਦੇ ਵਿੱਚ ਕਿਹੜੇ ਕਿਹੜੇ ਕੋਰਸ ਇਨਵੋਲਵਮੈਂਟ ਦੇਖ ਸਕਦੇ ਹੋ ਤੁਸੀਂ ਉਸ ਤੋਂ ਬਲੂ ਕਲਰ ਦੇ ਵਿੱਚ ਬੀ ਐਸ ਸੀ ਐਟ ਆਉਂਦੀ ਹੈ ਤਾਂ ਇਹਦੇ ਵਿੱਚ ਕਿਹੜੇ ਕਿਹੜੇ ਕੋਰਸ ਅਵੇਲੇਬਲ ਨੇ ਤੁਸੀਂ ਦੇਖ ਜੱਲੂ ਦੇ ਵਿੱਚ ਕੋਈ ਕੋਰਸ ਇਹਦੇ ਵਿੱਚ ਦੇਖ ਸਕਦੇ ਹੋ ਜੋ ਵੀ ਕੋਰਸ ਰਹਿਣ ਵਾਲੇ ਨੇ ਉਹ ਤੋਂ ਵਾਈਟ ਦੇ ਵਿੱਚ ਵਿਦਾਊਟ ਇੰਟਰਨਸ ਟੈਸਟ ਦੇ ਥਰੂ ਐਡਮਿਸ਼ਨ ਹੈ ਤੁਸੀਂ ਇਹ ਵੀ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਨੋਟ ਲਿਖ ਸਕਦਾ ਨੋਟ ਦੇ ਵਿੱਚ ਦੇਖ ਸਕਦੇ ਹੋ ਆਲ ਦਾ ਕੈਂਡੀਡੇਟ ਹੂ ਕੁਆਲੀਫਾਈਡ ਦਾ ਇੰਟਰਨਸ ਟੈਸਟ ਆਰ ਗੈਟ ਟੂ ਫਿਲ ਦਾ ਵਾਈਟ ਅਪਲੀਕੇਸ਼ਨ ਫਾਰਮ ਮਮ ਕਾਉਨਸਲਿੰਗ ਟਾਈਮ ਦੀ ਕਾਉਨਸਲਿੰਗ ਦੇ ਟਾਈਮ ਤੁਹਾਨੂੰ ਐਪਲੀਕੇਸ਼ਨ ਫਾਰਮ ਫਿਲ ਕਰਨਾ ਪੈਣਾ ਹੈ ਜਿਹੜਾ ਕਿ ਯੂਨੀਵਰਸਿਟੀ ਦੀ ਵੈਬਸਾਈਟ ਤੇ ਤੁਹਾਨੂੰ ਮਿਲੇਗਾ ਨੈਕਸਟ ਵਿੱਚ ਦੱਸਾਂਗੇ ਪ੍ਰੋਪਰ ਡਿਟੇਲ ਭਰਉਣ ਦੀ ਗੱਲ ਨਹੀਂ ਸਾਡੀ ਡਿਟੇਲ ਤੁਹਾਡੇ ਨਾਲ ਡਿਸਕਸ ਕਰਾਂਗੇ ਇਸ ਤੋਂ ਬਾਅਦ ਜੇ ਤੁਸੀਂ ਐਪਲੀਕੇਸ਼ਨ ਫਾਰਮ ਤੁਹਾਡਾ ਕੰਪਲੀਟ ਹੋ ਚੁੱਕਿਆ ਹੈ ਇਸ ਤੋਂ ਬਾਅਦ ਤੁਹਾਡੇ ਜਰੀ ਇੰਟਰਨ ਸੈਕਸ ਦੀ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਉਹਦੇ ਲਈ ਤੁਹਾਨੂੰ ਐਡਮਿਟ ਕਾਰਡ ਮਿਲੇਗਾ ਤੁਸੀਂ ਡਾਊਨਲੋਡ ਕਰ ਸਕਦੇ ਹੋ ਐਡਮਿਟ ਕਾਰਡ ਸਭ ਤੋਂ ਪਹਿਲਾਂ ਆਪਾਂ ਗੱਲ ਕਰਕੇ ਐਡਮਿਟ ਕਾਰਡ ਦੀ ਐਡਮਿਟ ਕਾਰਡ ਜਿਹੜਾ ਅਪਲੋਡ ਹੋ ਜਾਏਗਾ EAU ਵੈਬਸਾਈਟ ਤੇ 7 ਦਿਨ ਪਹਿਲਾਂ 7 ਦਿਨ ਪਹਿਲਾਂ ਜਦੋਂ ਇੰਟੈਂਸ ਐਗਜ਼ਾਮ ਕੰਡਕਟ ਕਰਨਾ ਹੈ ਯੂਨੀਵਰਸਿਟੀ ਉਸ ਤੋਂ 7 ਦਿਨ ਪਹਿਲਾਂ ਤੁਹਾਡਾ ਹੋ ਜਾਵੇ ਤੁਸੀਂ ਕਰ ਸਕਦੇ ਕਲਿੱਕ ਹੇਅਰ ਟੂ ਡਾਊਨਲੋਡ ਯੂਅਰ ਰੋਲ ਨੰਬਰ ਤਾਂ ਤੁਸੀਂ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਸ ਤਰ੍ਹਾਂ ਦਾ ਆਪਸ਼ਨ ਤੁਹਾਨੂੰ ਮਿਲੇਗਾ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਲੌਗਇਨ ਕਰਨਾ ਹੈ ਡੇਟ ਆਫ ਬਰਥ ਦੇ ਨਾਲ ਤੇ ਯੂਆਈਏਡੀ ਜਿਹੜੀ ਜੀਮੇਲ ਹੋਵੇਗੀ ਜਾਂ ਤੁਹਾਨੂੰ ਐਪਲੀਕੇਸ਼ਨ ਆਨਲਾਈਨ ਐਪਲੀਕੇਸ਼ਨ ਫਾਰਮ ਤੇ ਮਿਲੇਗੀ ਇਹ ਵਾਲੀ ਆਈਡੀ ਤੁਸੀਂ ਉਹ ਫਿਲ ਕਰਕੇ ਆਪਣਾ ਐਡਮਿਟ ਕਾਰਡ ਜਿਹੜਾ ਡਾਊਨਲੋਡ ਕਰ ਸਕਦੇ ਹੋ ਇਸ ਦਾ ਇਹ ਹੀ ਆਨਲਾਈਨ ਦੇ ਆਨਲਾਈਨ ਦੇ ਵਿੱਚ ਹੈ ਜੇਕਰ ਕਿਸੇ ਸਟੂਡੈਂਟ ਨੇ ਆਫਲਾਈਨ ਫਾਰਮ ਫਿਲ ਕੀਤਾ ਹੈ ਉਹ ਧਿਆਨ ਦੇ ਨਾਲ ਸੁਣ ਲੈਣ ਡੇਟ ਆਫ ਬਰਥ ਵਿਦ ਪ੍ਰੋਸਪੈਕਟ ਨੰਬਰ ਜਿਹੜਾ ਕਿ ਤੁਹਾਨੂੰ ਪ੍ਰੋਸਪੈਕਟ ਨੰਬਰ ਦਿੱਤਾ ਹੈ ਉਸ ਦੇ ਨਾਲ ਤੁਸੀਂ ਆਫਲਾਈਨ ਐਪਲੀਕੇਸ਼ਨ ਲੈ ਸਕਦੇ ਹੋ ਯੂਨੀਵਰਸਿਟੀ ਤੋਂ ਵੀ ਕੰਡਕਟ ਕਰ ਸਕਦੇ ਹੋ ਜਾਂ ਆਨਲਾਈਨ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਵਾਰ ਜੇਕਰ ਤੁਸੀਂ ਆਫਲਾਈਨ ਫਿਲ ਕਰ ਰਹੇ ਹੋ ਤਾਂ ਆਪਣੇ ਡਿਪਾਰਟਮੈਂਟ ਦੇ ਨਾਲ ਤੁਸੀਂ ਆਪਣੇ ਡਿਪਾਰਟਮੈਂਟ ਦੇ ਨਾਲ ਕਰਤਾਨੁਮ ਕਰ ਲੈਣ ਹ ਜੋ ਵੀ ਤੁਹਾਡਾ ਡਾਊਟ ਹੈ ਡਿਪਾਰਟਮੈਂਟ ਤੋਂ ਦਾ ਕਲੀਅਰ ਕਰਦੇਗਾ ਇੱਕ ਵਾਰੀ ਡਿਪਾਰਟਮੈਂਟ ਦੇ ਨਾਲ ਜ਼ਰੂਰ ਗੱਲਬਾਤ ਕਰਿਓ ਮੈਂ ਹਮੇਸ਼ਾ ਹੀ ਦੱਸਦਾ ਇਸ ਤੋਂ ਬਾਅਦ ਜਿਹੜੇ ਮੋਸਟ ਇੰਪੋਰਟੈਂਟ ਤੁਸੀਂ ਇੰਟਰਨਸ ਐਗਜ਼ਾਮ ਕਰਡ ਅਕਟ ਕੀਤਾ ਹੈ ਯੂਨੀਵਰਸਿਟੀ ਨੇ ਤੁਸੀਂ ਕਲੀਅਰ ਕਰ ਦਿੱਤਾ ਹੈ ਐਡਮਿਟ ਕਾਰਡ ਤੁਹਾਨੂੰ ਮਿਲ ਚੁੱਕੇ ਹਨ ਉਸ ਤੋਂ ਬਾਅਦ ਨੈਕਸਟ ਗੱਲ ਹੈ ਜਿਹੜੀ ਰਿਜ਼ਲਟ ਤੇ ਹੁੰਦੀ ਹੈ ਤਾਂ ਰਿਜ਼ਲਟ ਵੀ ਬੋ ਮੋਸਟ ਜਿਹੜੀ ਕਿ ਅ ਵੇਟਿੰਗ ਵਾਲੀ ਚੀਜ਼ ਹੈ ਸਟੂਡੈਂਟਾਂ ਦੇ ਲਈ ਕਿਉਂਕਿ ਐਡਮਿਸ਼ਨ ਦਾ ਇੱਕ ਸਟੈਪ ਹੀ ਰਹਿ ਚੁੱਕਿਆ ਹੁੰਦਾ ਵਿਥਿਨ 1 ਵੀਕ ਦੇ ਵਿੱਚ ਰਿਜ਼ਲਟ ਜਿਹੜਾ ਰਿਲੀਜ਼ ਸੌਰੀ ਵਿਥਿਨ 1 ਮੰਥ ਦੇ ਵਿੱਚ ਰਿਜ਼ਲਟ ਜਿਹੜਾ ਰਿਲੀਜ਼ ਕਰ ਦਿੰਦੇ ਨੇ ਯੂਨੀਵਰਸਿਟੀ ਲਗਭਗ ਕੁਝ ਟਾਈਮ ਅੱਗੇ ਪਿੱਛੇ ਹੋ ਜਾਂਦਾ ਬਾਕੀ ਕੋਈ ਫਰਕ ਨਹੀਂ ਪੈਂਦਾ ਇੰਨਾ ਬਟ ਇੱਕ ਮੰਤ ਦਾ ਅਪ੍ਰੋਕਸੀਮੇਟਲੀ ਟਾਈਮ ਲੱਗੇ ਚੱਲਦੀ ਹੈ ਕਿਉਂਕਿ ਅਗਸਤ ਦੇ ਵਿੱਚ ਐਡਮਿਸ਼ਨਾਂ ਹੁੰਦੀਆਂ ਨੇ ਤੇ ਅਗਸਤ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਸਾਰਾ ਪ੍ਰੋਸੈਸ ਕਰਨਾ ਹੁੰਦਾ ਤੇ ਜਿਹੜਾ ਰਿਜ਼ਲਟ ਆਉਂਦਾ ਹੈ ਉਹ ਮਈ ਦੇ ਵਿੱਚ ਆਉਂਦਾ ਤੁਸੀਂ ਦੇਖ ਸਕਦੇ ਹੋ ਮਈ ਦੇ ਵਿੱਚ ਰਿਜ਼ਲਟ ਆਇਆ ਤੁਹਾਨੂੰ ਅਗਸਤ ਦੇ ਵਿੱਚ ਐਡਮਿਸ਼ਨ ਆ ਤਾਂ ਇਹ ਕੁਝ ਕੁ ਮਹੀਨਿਆਂ ਦਾ ਪ੍ਰੋਸੈਸ ਹੋਵੇਗਾ ਵਿਦ ਕਾਉਂਸਲਿੰਗ ਇੰਟਰਨਲ ਐਗਜ਼ਾਮ ਕੰਡਕਟ ਕਰਨਾ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਟੋਟਲ ਲੱਕੀ ਇਹ 2 ਮਨთ ਇਦਾਂ ਦੇ ਨਹੀਂ ਜਿੱਤੇ ਐਡਮਿਸ਼ਨ ਦਾ ਸਾਰਾ ਚਾਹੀ ਕੋਈ ਵੀ ਯੂਨੀਵਰਸਿਟੀ ਪ੍ਰੋਸੈਸ ਚੱਲਦਾ ਰਹਿੰਦਾ ਉਸ ਤੋਂ ਬਾਅਦ ਦਾ ਰਿਜ਼ਲਟ will be ਨੋਟੀਫਾਈ ਦਾ ਰਜਿਸਟਰਰ ਤਾਂ ਰਜਿਸਟਰਰ ਦੇ ਥਰੂ ਇਹ ਜਾਪੀਗਾ ਡਿਸਪਲੇ ਕੀਤਾ ਜਾਵੇਗਾ ਯੂਨੀਵਰਸਿਟੀ ਦੀ ਵੈਬਸਾਈਟ ਤੇ ਵੈਬਸਾਈਟ ਚੈੱਕ ਕਰ ਸਕਦੇ ਹੋ ਯੂਨੀਵਰਸਿਟੀ ਦੀ ਵੈਬਸਾਈਟ ਤੇ ਰ ਇਸ ਤੋਂ ਬਾਅਦ ਗੱਲ ਕਰੀਏ ਤੁਹਾਡਾ ਰਿਜ਼ਲਟ ਆ ਚੁੱਕਿਆ ਹੈ ਤੁਸੀਂ ਕੁਆਲੀਫਾਈ ਕਰ ਦਿੱਤਾ ਹੈ ਤਾਂ ਇਸ ਤੋਂ ਬਾਅਦ ਤੁਹਾਡਾ ਨੈਕਸਟ ਪ੍ਰੋਸੈਸ ਹੋ ਜਾਵੇਗਾ ਕਾਉਂਸਲਿੰਗ ਜਾਂ ਇੰਟਰਵਿਊ ਤਾਂ ਉਸ ਦੇ ਲਈ ਤੁਸੀਂ ਦੇਖ ਸਕਦੇ ਹੋ ਇਹ ਪਹਿਲਾਂ ਹੀ ਦੱਸ ਚੁੱਕੇ ਹਾਂ ਇੱਕ ਵਾਈਟ ਵਾਈਟ ਫਾਰਮ ਤੁਹਾਨੂੰ ਮਿਲੇਗਾ ਅਪਲੋਡ ਕਰ ਦਿੱਤਾ ਜਾਵੇਗਾ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਜੇਕਰ ਤੁਹਾਡਾ ਕਲੀਕ ਕਰ ਦਿੱਤਾ ਹੈ ਤੁਸੀਂ ਇੰਟਰੈਂਸ ਐਗਜ਼ਾਮ ਤਾਂ ਤੁਸੀਂ ਕੁਆਲੀਫਾਈ ਹੋ ਐਡਮਿਸ਼ਨ ਦੇ ਲਈ ਤਾਂ ਤੁਹਾਨੂੰ ਫਾਈਟ ਫਾਰਮ ਫਿਲ ਕਰਨਾ ਪੈਣਾ ਹੈ ਉਹਦੇ ਨਾਲ the candidate should download this application form the application form जरूर ਆਪਣੇ ਕੋਲ डाउनलोड करके रखना है द वाइड बोर्ड बाय एप्लीकेशन फॉर्म फिल करना है अपने हाथों दी नाल ਤੇ ਆਪਣੀ काउंसलिंग डिटेल ਉਸ ਦੇ ਅਕੋਰਡਿੰਗ ਹੀ ਤੁਸੀਂ ਫਿਲ ਕਰ ਦੇਣਾ ਹੈ ਜਿਹੜੀ ਕਾਉਂਸਲਿੰਗ ਡਿਟੇਲ ਰਹਿਣ ਵਾਲੀ ਆ ਉਹ ਤੁਹਾਡੇ ਮੋਬਾਈਲ ਨੰਬਰ ਜੀਮੇਲ ਜਾਂ ਤੁਹਾਨੂੰ ਮੈਸੇਜ ਦੇ ਥਰੂ ਜਾਂ ਫਿਰ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਡਾਕੂਮੈਂਟ ਅਲੋਂਗ ਵਿਦ ਦਾ ओरिजिनल ਡਾਕੂਮੈਂਟ ਜਿੰਨੇ ਵੀ ਚਾਹੀਦੀ ਨੇ ਤੁਸੀਂ ਕਾਉਂਸਲਿੰਗ ਤੇ ਲੈ ਕੇ ਜਾਣਾ ਹੈ ਜੇਕਰ ਕੋਈ ਵੀ ਮਿਸਿੰਗ ਆ ਤਿਆਨ ਦੇਣਾ ਤੁਹਾਡੀ ਇਹ ਰਿਸਪੌਂਸਿਬਿਲਟੀ ਹੈ ਤੁਹਾਡੀ ਐਡਮਿਸ਼ਨ ਵੀ ਕੈਨਸਲ ਹੋ ਸਕਦੀ ਹੈ ਇਸ ਦੇ ਨਾਲ ਤੁਸੀਂ ਦੋ ਦੋ ਕਾਪੀ ਜਿੰਨੇ ਵੀ ਸਰਟੀਫਿਕੇਟ ਨੇ ਉਹਦੀਆਂ ਦੋ ਦੋ ਕਾਪੀਸ ਆਪਣੇ ਨਾਲ ਲੈ ਕੇ ਜਾਣੀਆਂ ਹੈ ਜਦੋਂ ਵੀ ਤੁਸੀਂ ਕਾਉਨਸਲਿੰਗ ਤੇ ਜਾ ਰਹੇ ਹੋ ਕਦੋਂ ਵੀ ਉਹਦੀ ਨੀਟ ਪੈ ਸਕਦੀ ਹੈ ਮੈਂਸ਼ਨ ਕੀਤਾ ਹੋਇਆ ਪ੍ਰੋਸਪੈਕਟਰ ਦੇ ਵਿੱਚ ਚੈੱਕ ਕਰ ਸਕਦੇ ਹੋ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਰੀਚ ਆਫ ਦਾ ਵੈਨਿਊ ਔਨ ਦਾ ਸ਼ੈਡਿਊਲ ਡੇਟ ਐਂਡ ਟਾਈਮ ਐਸ ਪਰ ਕਾਉਨਸਲਿੰਗ ਕਾਉਂਸਲਿੰਗ ਦੀ ਟਾਈਮ ਜਦੋਂ ਕਾਉਂਸਲਿੰਗ ਹੋਵੇਗੀ ਉਸਦੇ ਪ੍ਰੋਪਰ ਟਾਈਮ ਤੇ ਤੁਹਾਨੂੰ ਪਹੁੰਚਣਾ ਪਵੇਗਾ ਜੇਕਰ ਤੁਸੀਂ ਲੇਟ ਹੋਣੇ ਹੋ ਜਾਂ ਦੇਲੇ ਹੋਗੇ ਇਹ ਤੁਹਾਡੀ ਰਿਸਪੋਨਸਿਬਿਲਟੀ ਰਹੇਗੀ ਐਡਮਿਸ਼ਨ ਵੀ ਕੈਨਸਲ ਹੋ ਸਕਦਾ ਇਸ ਤੋਂ ਬਾਅਦ ਗੱਲ ਕਰੀਏ ਇਹ ਰੈੱਡ ਕਲਰ ਦੇ ਵਿੱਚ ਇਸ ਕਰਕੇ ਦਿੱਤਾ ਹੋਇਆ ਕਿਉਂਕਿ ਬਹੁਤ ਸਾਰੇ ਸਟੂਡੈਂਟ ਇਹ ਰੈੱਡ ਕਲਰ ਇਨਟੀਮੀਟ ਕਰ ਰਹੇ ਆ ਬਹੁਤ ਵੱਡੀ ਇੱਕ ਕਹਿ ਸਕਦੇ ਲਾਪਰਵਾਹੀ ਜੇਕਰ ਕੋਈ ਸਟੂਡੈਂਟ ਕਰਦਾ ਹੈ ਦ ਐਟ ਦਾ ਟਾਈਮ ਆਫ ਕਾਉਂਸਲਿੰਗ ਡਾਕੂਮੈਂਟ ਵੈਰੀਫਿਕੇਸ਼ਨ ਦਾ ਕੈਂਡੀਡੇਟ ਇਜ਼ ਰਿਕਵਰਡ ਟੂ ਡਿਪੋਜ਼ਿਟ ਦਾ ਫੁੱਲ ਫੀਸ ਕੈਸ਼ ਕਾਊਂਟਰ ਤੇ ਇਮੀਡੀਏਟਲੀ ਤੁਹਾਨੂੰ ਕਰਨੀ ਪੈਣੀ ਹੈ ਜਦੋਂ ਵੀ ਤੁਹਾਡਾ ਹੌਜ਼ਿੰਗ ਚੱਲ ਰਹੀ ਹੈ ਜੇ ਤੁਹਾਨੂੰ ਪੇ ਕਰਨ ਦੇ ਲਈ ਕੀਤਾ ਕਿਹਾ ਜਾਵੇਗਾ ਤੁਸੀਂ ਨਾਲ ਦੀ ਨਾਲ ਜਿਹੜੀ ਐਪਲੀਕੇਸ਼ਨ ਜਿਹੜੀ ਤੁਹਾਡੀ ਫਾਰਮ ਫੀਸ ਨੂੰ ਛੱਡ ਕੇ ਜਿਹੜੀ ਤੁਹਾਡੀ ਟਿਊਸ਼ਨ ਫੀਸ ਰਹਿਣ ਵਾਲੀ ਆ ਉਹ ਪੇ ਕਰਨੀ ਆ ਜਿੰਨੀ ਵੀ ਉਹ ਬੋਲਣਗੇ 10000 20000 30000 ਜੋ ਵੀ ਤੁਹਾਡੀ ਫੀਸ ਰਹਿਣ ਵਾਲੀ ਆ ਤੇ ਇਸੀ ਕੈਟਾਗਰੀ ਵਾਲੇ ਵੀ ਸਟੂਡੈਂਟ ਧਿਆਨ ਦੇ ਨਾਲ ਸੁਣ ਲੈ ਜੇਕਰ ਇਸ ਤਰ੍ਹਾਂ ਬੋਲਣਗੇ ਤਾਂ ਤੁਸੀਂ ਉਹਨਾਂ ਨੂੰ ਆਪਣੇ ਡਾਕੂਮੈਂਟ ਸ਼ੋਅ ਕਰਕੇ ਉਹਨਾਂ ਤੋਂ ਕਨਸੈਸ਼ਨ ਜਿਹੜੀ ਫੀਸ ਦਾ ਬੋਲ ਸਕਦੇ ਹੋ ਜੇਕਰ ਉਹ ਕੰਮ ਕਰਨਗੇ ਤਾਂ ਤੁਸੀਂ ਉਸ ਦੇ ਅਕੋਰਡਿੰਗ ਫਿਲ ਕਰ ਸਕਦੇ ਹੋ ਘਬਰਾਉਣ ਦੀ ਗੱਲ ਨਹੀਂ ਹੈ ਇਸ ਤੋਂ ਬਾਅਦ ਮੋਸਟ ਇੰਪੋਰਟੈਂਟ ਜਿਹੜੀ ਚੀਜ਼ ਤੋਂ ਡਿਸਕਸ ਕਰਨੀ ਹੈ ਉਹ ਹੈ ਇੰਟਰੈਂਸ ਟੈਸਟ ਦੇ ਰਿਗਾਰਡਿੰਗ ਤਾਂ ਇੰਟਰੈਂਸ ਐਗਜ਼ਾਮ ਦੇ ਰਿਗਾਰਡਿੰਗ ਕੀ ਰਹਿਣ ਵਾਲੀ ਹੈ ਕੈਂਡੀਡੇਟ ਨੇ ਰੀਡਿਸ ਕਰਨਾ ਹੈ ਐਗਜ਼ਾਮੀਨੇਸ਼ਨ ਸੈਂਟਰ ਤੇ 1 ਘੰਟਾ ਪਹਿਲਾਂ 1 ਘੰਟਾ ਤੁਸੀਂ ਪਹੁੰਚ ਦਾਣਾ ਜਾਣਾ ਹੈ ਪਹਿਲਾਂ ਜੇਕਰ 10 ਵਜੇ ਪੇਪਰ ਹੈ ਤੁਸੀਂ 9 ਵਜੇ ਤੇ ਪਹੁੰਚ ਜਾਣਾ ਹੈ ਜਾਂ ਸਾਡੇ 9 ਜਾਂ 9 10 9:45 ਤੇ ਤਾਂ ਜੇ ਤੁਸੀਂ ਪ੍ਰੋਪਰ ਟਾਈਮ ਤੇ 10 ਵਜੇ ਉੱਥੇ ਐਗਜ਼ਾਮੀਨੇਸ਼ਨ ਹਾਲ ਚ ਪਹੁੰਚ ਸਕੋ ਜੇਕਰ ਤੁਸੀਂ 10:00 ਵਜੇ 5 ਮਿੰਟ ਜਾਂ 15 ਮਿੰਟ ਤੇ ਜਾਣੇ ਹੋ ਤਾਂ ਤੁਹਾਨੂੰ ਐਂਟਰੀ ਨਹੀਂ ਮਿਲੇਗੀ ਧਿਆਨ ਦੇਣਾ ਪਹਿਲਾਂ ਹੀ ਸੁਣ ਲੈਣ ਤੁਸੀਂ ਕੀ ਕੀ ਡਾਕੂਮੈਂਟ ਲੈ ਕੇ ਜਾਣੇ ਐਡਮਿਟ ਕਾਰਡ ਦੇ ਜਦੋਂ ਤੁਹਾਡੇ ਐਗਜ਼ਾਮ ਕੰਡਕਟ ਕਰੇਗਾ ਤਾਂ ਐਡਮਿਟ ਕਾਰਡ ਦੇ ਨਾਲ ਤੁਸੀਂ ਜਨਰਲ ਡਾਕੂਮੈਂਟ ਵੀ ਲੈ ਕੇ ਜਾਣੇ ਜਿਵੇਂ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਪੈਨ ਕਾਰਡ ਵੋਟਰ ਆਈਡੀ ਕਾਰਡ ਐਂਡ ਪਾਸਪੋਰਟ ਇਸ ਤਰ੍ਹਾਂ ਦੇ ਡਾਕੂਮੈਂਟ ਆਪਣੇ ਨਾਲ ਰੱਖਣੇ ਨੇ ਤੁਹਾਨੂੰ ਵੇਰੀਫਾਈ ਕੀਤੇ ਜਾਣਗੇ ਤੁਹਾਡੇ ਨੇਮ ਦੇ ਨਾਲ ਤੁਹਾਡੀ ਸ਼ਕਲ ਦੇ ਨਾਲ ਤੁਹਾਡੀ ਫੋਟੋ ਦਿਨਾ ਇਫ ਅ ਕੈਂਡੀਡੇਟ ਪੁੱਟ ਐਨੀ ਆਇਡੈਂਟੀਫਿਕੇਸ਼ਨ ਮਾਰਕ ਔਨ ਦਾ ਓ ਐਮ ਆਰ ਆਈ ਸ਼ੀਟ ਤਾਂ ਧਿਆਨ ਦੇਣਾ ਹੁਣ ਫਿਰ ਅਸੀਂ ਸੁਣ ਰਹੇ ਨਾ ਜਿਹੜੀ ਸ਼ੀਟ ਮਿਲੇਗੀ ਉਸ ਤੇ ਕੋਈ ਨਿਸ਼ਾਨ ਲਾਉਣਾ ਜਾਂ ਇਹ ਨਹੀਂ ਚਾਹੀਦਾ ਸਟੂਡੈਂਟ ਨੂੰ ਨਹੀਂ ਲਾਉਣਾ ਚਾਹੀਦਾ ਬਟ ਜੇਕਰ ਕੋਈ ਸਟੂਡੈਂਟ ਲਾਉਂਦਾ ਤਾਂ ਉਹਦਾ ਪੇਪਰ ਕੈਨਸਲ ਕੀਤਾ ਜਾਵੇ ਇਹ ਚੀਜ਼ ਧਿਆਨ ਦੇਣਾ ਧਿਆਨ ਦੇਣ ਸਟੂਡੈਂਟ ਬਟ ਇਸ ਤਰ੍ਹਾਂ ਅਲਾਉਡ ਨਹੀਂ ਹੈ ਕੋਈ ਟਿਕ ਮਾਰਕ ਕਰਨਾ ਡਿਸੇਬਲ ਕੈਂਡੀਡੇਟ ਜਿਹੜੇ ਹੋਣਗੇ ਹੈਂਡੀਕੈਪਡ ਡਿਸੇਬਲ ਉਹਨਾਂ ਨੂੰ ਐਕਸਟਰਾ 20 ਮਿੰਟ ਮਿਲੇ ਜਾਂ ਮਿਲਣਗੇ ਪਰ ਘੰਟੇ ਦੇ ਹਿਸਾਬ ਦੇ ਨਾਲ ਜੇਕਰ 3 ਘੰਟੇ ਦਾ ਪੇਪਰ ਆ ਤਾਂ ਉਹਨਾਂ ਨੂੰ 60 ਮਿੰਟ ਜਿਹੜੇ ਐਕਸਟਰਾ ਮਿਲਣਗੇ ਧਿਆਨ ਦੇ ਨਾਲ ਇਸ ਚੀਜ਼ ਦਾ ਧਿਆਨ ਰੱਖਣਾ ਇਹ ਬਾਕੀ ਯੂਨੀਵਰਸਿਟੀ ਕਿਸ ਦੇ 20 ਮਿੰਟ ਟੋਟਲੀ 20 ਮਿੰਟ ਦੇਣ ਵਾਲੀ ਹੈ ਜਾਂ ਘੰਟੇ ਦੇ ਹਿਸਾਬ ਦੇ ਨਾਲ ਦੇਵੇਗੀ ਇਹ ਯੂਨੀਵਰਸਿਟੀ ਦੇ ਡਿਪੈਂਡ ਹੈ ਉਸ ਤੋਂ ਬਾਅਦ ਗੱਲ ਕਰੀ ਆਪਾਂ ਇਨਸਟਰਕਸ਼ਨ ਆਫ ਫਾਰ ਦਾ ਅਟੈਂਪਟਿੰਗ ਕੁਐਸਚਨ ਪੇਪਰ ਕੋਸਚਨ ਪੇਪਰ ਜਿਹੜਾ ਇੰਟੈਂਸ ਐਗਜ਼ਾਮ ਹੋਵੇਗਾ ਇਸ ਤਰ੍ਹਾਂ ਤੁਸੀਂ ਰੋਲ ਨੰਬਰ ਜੇਕਰ ਗੱਲ ਕਰੀਏ ਰੋਲ ਨੰਬਰ ਕਿਵੇਂ ਫਿਲ ਕਰਨਾ ਹੈ ਇਸ ਤਰ੍ਹਾਂ ਦਾ ਤੁਹਾਨੂੰ ਕਾਲਮ ਮਿਲੇਗਾ ਜੇਕਰ ਤੁਹਾਡਾ ਰੋਲ ਨੰਬਰ ਤੁਸੀਂ ਆਪ ਇੱਥੇ ਜਿਹੜਾ ਰੋਲ ਨੰਬਰ ਫਿਲ ਕਰ ਦੇਣਾ ਜਿੰਨਾ ਵੀ ਰਹਿਣ ਵਾਲਾ ਹੈ ਉਸ ਤੋਂ ਬਾਅਦ ਜਿੰਨਾ ਤੁਸੀਂ ਇੱਕ ਸਿਲੈਕਟ ਕੀਤਾ ਤਾਂ ਇੱਕ ਤੇ ਤੁਸੀਂ ਕਰ ਦੇਣਾ ਇੱਥੇ ਜੇ ਮੈਂ ਦੋ ਤੇ ਕੀਤਾ ਦੋ ਤੇ ਕਰ ਦੇਣਾ ਇੱਥੇ ਤਿੰਨ ਤੇ ਕੀਤਾ ਤਿੰਨ ਤੇ ਕਰ ਦੇਣਾ ਇਸ ਤਰ੍ਹਾਂ ਡਰਗ ਕਰਨਾ ਹੈ ਤਾਂ ਇਸ ਤਰ੍ਹਾਂ ਕਾਂਟੀਆਂ ਨਹੀਂ ਲੌਂਗ ਪਾਉਣੀ ਹੈ ਇਹ ਧਿਆਨ ਦੇ ਨਾਲ ਸੁਣ ਲੈ ਇਸ ਤੋਂ ਬਾਅਦ ਜਿਹੜੀ ਸੀਰੀਜ਼ ਰਹਿਣ ਵਾਲੀ ਹੈ ਰਾਈਟ ਦਾ ਕੁਐਸਚਨ ਬੁੱਕਲੈਟ ਸੀਰੀਜ਼ ਏ ਬੀ ਸੀ ਡੀ ਜਾਂ ਪੀ ਕਿਊ ਆਰ ਐਸ ਇਨ ਬਾਕਸ ਪ੍ਰੋਵਾਈਡ ਦਾ ਓ ਐਮ ਆਰ ਆਈ ਸ਼ੀਟ ਦੇ ਵਿੱਚ ਤੁਸੀਂ ਇਸ ਤਰ੍ਹਾਂ ਸੀਰੀਜ਼ ਫਿਲ ਕਰ ਦੇਣੀ ਹੈ ਜੇਕਰ ਤੁਹਾਡੀ ਏ ਹੈ ਤੁਸੀਂ ਏ ਤੇ ਇਸ ਤਰ੍ਹਾਂ ਕਰ ਦੇਣੀ ਹੈ ਬੀ ਹੈ ਤਾਂ ਬੀ ਤੇ ਕਰ ਦੇਣੀ ਹੈ ਸੀ ਹੈ ਤਾਂ ਸੀ ਤੇ ਕਰ ਦੇਣੀ ਹੈ ਡੀ ਹੈ ਡੀ ਬਟ ਇਸ ਤੇ ਤੁਸੀਂ ਜੇਕਰ ਤੁਸੀਂ ਜੀ ਬੀ ਹੈ ਤੁਸੀਂ ਇੱਥੇ ਬੀ ਫਿਲ ਕਰ ਦੇਣੀ ਹੈ ਜੇਕਰ ਸੀ ਹੈ ਤੁਸੀਂ ਸੀ ਫਿਲ ਕਰ ਦੇਣੀ ਹੈ ਡੀ ਹੈ ਤੁਹਾਡਾ ਬੁੱਕ ਸੀਰੀਜ਼ ਤਾਂ ਸੀ ਜਾਂ ਡੀ ਜੋ ਵੀ ਰਹਿਣ ਵਾਲਾ ਹੈ ਫਿਲ ਕਰ ਦੇਣਾ ਹੈ ਇਸ ਤੋਂ ਬਾਅਦ ਮੋਸਟ ਇੰਪੋਰਟੈਂਟ ਚੀਜ਼ ਹੈ ਸਟੂਡੈਂਟਾਂ ਦੇ ਲਈ ਉਹ ਮਰੀ ਜਿਹੜੀ ਉਹ ਐਮ ਆਰ ਆਈ ਸ਼ੀਟ ਹੈ ਉਸ ਤੇ ਤੁਸੀਂ ਕਿਵੇਂ ਡਾਰਕ ਕਰ ਸਕਦੇ ਹੋ ਆਪਣਾ ਫਿਲ ਕਰ ਸਕਦੇ ਹੋ ਕਿਵੇਂ ਕਰੈਕਟ ਰਹਿਣ ਵਾਲਾ ਹੈ ਇਸ ਤਰ੍ਹਾਂ ਦਾ ਚਾਰ ਆਪਸ਼ਨ ਹੋਣੇ ਤੁਹਾਨੂੰ ਇੱਕ ਕੁਐਸਚਨ ਤੇ ਦੇਖ ਸਕਦੇ ਹੋ ਤੇ ਇਹਦੇ ਵਿੱਚ ਜਿਹੜਾ ਇੱਕ ਸਹੀ ਤੁਹਾਡਾ ਆਨਸਰ ਆ ਤੁਸੀਂ ਇਸ ਤਰ੍ਹਾਂ ਸਹੀ ਕਰ ਸਕਦੇ ਹੋ ਇਹਨਾਂ ਨੂੰ ਦੇਖ ਸਕਦੇ ਹੋ ਇਹਨੂੰ ਮੈਂ ਥੋੜਿਆ ਜਿਹਾ ਇਸ ਤਰ੍ਹਾਂ ਤੁਸੀਂ ਸਹੀ ਹੋਵੇਗਾ ਜੇਕਰ ਤੁਸੀਂ ਇਸ ਤਰ੍ਹਾਂ ਟਿਕ ਕਰੋਗੇ ਇਹ ਗਲਤ ਰਹੇਗਾ ਰੋਂਗ ਮੈਥਡ ਰਹਿਗਾ ਇਸ ਤਰ੍ਹਾਂ ਤੁਸੀਂ ਕਾਂਟੀ ਲਗਾਉਗੇ ਇਹ ਵੀ ਰੋਂਗ ਮੈਥਡ ਰਹੇਗਾ ਇਸ ਤਰ੍ਹਾਂ ਤੁਸੀਂ ਹਾਫ ਕਰੋਗੇ ਤ aí ਵੀ ਰੋਂਗ ਮੈਥਡ ਭੇਜਕ ਸਹੀ ਹੈ ਤੁਹਾਡਾ ਆਨਸਰ ਪਰ ਫਿਰ ਵੀ ਇਹ ਤੁਹਾਡਾ ਰੋਂਗ ਆਨਸਰ ਮੰਨਿਆ ਜਾਵੇਗਾ ਜੇਕਰ ਤੁਸੀਂ ਦੋ ਟੈਕ ਕਰਦੇ ਹੋ ਇਸ ਤਰ੍ਹਾਂ ਤਾਂ ਫਿਰ ਵੀ ਰੋਂਗ ਮੰਨਿਆ ਜਾਵੇ ਇਸ ਕਰਕੇ ਜੇ ਪਹਿਲਾ ਮੈਥਡ ਇਹੀ ਧਿਆਨ ਦੇ ਨਾਲ ਰੱਖਣਾ ਹੈ ਧਿਆਨ ਦੇ ਵਿੱਚ ਜਦੋਂ ਵੀ ਤੁਸੀਂ ਪੇਪਰ ਦੇਣ ਜਾ ਰਹੇ ਹੋ ਇਸ ਤੋਂ ਬਾਅਦ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਐਨੀ ਡਾਊਟ ਕੰਟੈਕਟ ਅਸ ਔਨ ਇੰਸਟਾ ਅਕਾਊਂਟ ਜੀਵੀ ਸਟੇਸ਼ਨ ਸਾਡਾ ਐਕਸਟਰਾ ਅਕਾਊਂਟ ਹੈ ਉਸ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜਾਂ ਫਿਰ ਸਾਨੂੰ ਕਮੈਂਟ ਔਨ ਦਿਸ YouTube ਵੀਡੀਓ ਤੇ ਕਮੈਂਟ ਜ਼ਰੂਰ ਕਰਿਓ ਜੋ ਵੀ ਤੁਹਾਡਾ ਡਾਊਟ ਹੈ ਐਡਮਿਸ਼ਨ ਦੇ ਰਿਗਾਰਡਿੰਗ ਐਪਲੀਕੇਸ਼ਨ ਫਾਰਮ ਦੇ ਰਿਗਾਰਡਿੰਗ ਤੇ ਕੋਈ ਵੀ ਡਾਊਟ ਹੋਣ ਵਾਲਾ ਹੈ ਸਭ ਨਾਲ ਸ਼ੇਅਰ ਜ਼ਰੂਰ ਕਰਿਓ ਮੈਂ ਫਿਰ ਤੋਂ ਕਹਿ ਰਿਹਾ ਹਾਂ ਸਾਡੀ ਅਸੀਂ ਅਲੱਗ ਤੋਂ ਸਪਰੇਡ ਵੀਡੀਓ ਬਣਾ ਚੁੱਕੇ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਰਿਗਾਰਡਿੰਗ ਜੂਜੀ ਕੋਰਸ ਐਂਡ ਬੀਜੀ ਕੋਰਸ ਉਸ ਦੇ ਨਾਲ ਨਾਲ ਕੋਰਸ ਸਟਰਕਚਰ ਫੀਸ ਕਿੰਨੀ ਰਹਿਣ ਵਾਲੀ ਆ ਉਹ ਵੀ ਸਪਰੇਡ ਵੀਡੀਓ ਬਣਾ ਕੇ ਤੁਹਾਨੂੰ ਸ਼ੇਅਰ ਕੀਤੀ ਹੋਈਆਂ ਉਸ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲੇਗਾ ਤੁਸੀਂ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਇਹ ਤੁਹਾਨੂੰ ਯੂਨੀਵਰਸਿਟੀ ਦੇ ਰਿਗਾਰਡਿੰਗ ਜੋ ਵੀ ਅਪਡੇਟ ਰਹਿਣ ਵਾਲੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ